ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਪੋਥੀਆਂ ਸੰਭਾਲ ਕੇ ਰੱਖਣੀਆਂ। ਇਹ ਪਤਾ ਹੀ ਹੁੰਦਾ ਉਹਨਾਂ ਨੂੰ ਤੰਤਰਜਾਮੀ ਸਤਿਗੁਰੂ ਨੂੰ, ਪਿੱਛੋਂ ਹੀ ਸਾਰਾ ਕੁਛ ਹੋ ਕੇ ਆਇਆ। ਚੌਥੇ ਪਾਤਸ਼ਾਹ ਮਹਾਰਾਜ ਕੋਲੋਂ ਪੋਥੀਆਂ ਨਹੀਂ ਆਈਆਂ। ਜਦੋਂ ਹਰੇਵਾਂ ਹੋ ਗਿਆ ਬਾਬਾ ਮੋਹਨ ਜੀ ਨੂੰ, ਤੀਜੇ ਪਾਤਸ਼ਾਹ ਉਹਨਾਂ ਨੂੰ ਪੋਥੀਆਂ ਦੇ ਗਏ। ਕਹਿੰਦੇ ਹੁਣ ਪੰਜਵੇਂ ਸਰੂਪ ਜਦੋਂ ਪੋਥੀਆਂ ਲੈਣ ਆਉਣਗੇ, ਉਹਨਾਂ ਦੇ ਚਰਨੀ ਹੱਥ ਲਾਉਂਗੇ ਤਾਂ ਤੁਹਾਡਾ ਫਰੇਮਾ ਦੂਰ ਹੋਵੇਗਾ, ਤੇ ਪੋਥੀਆਂ ਉਹਨਾਂ ਨੂੰ ਦੇ ਦੇਣੀਆਂ, ਉਹਨਾਂ ਨੇ ਸਰੂਪ ਰਚਨਾ। ਇਉਂ ਇਹ ਜਿਹੜੀਆਂ ਪੋਥੀ ਸਾਹਿਬ ਸੀ, ਇਹ ਗੋਇੰਦਵਾਲ ਸਾਹਿਬ ਪਈਆਂ ਰਹੀਆਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਪਾਲਕੀ ਸਾਹਿਬ ਲੈ ਕੇ ਗਏ ਸੀ ਅੰਮ੍ਰਿਤਸਰ ਸਾਹਿਬ ਤੋਂ, ਅਤੇ ਉਹ ਪੋਥੀਆਂ ਲੈਣ ਗਏ ਪਾਲਕੀ ਸਾਹਿਬ ਦੇ ਵਿੱਚ। ਗੁਰੂ ਰੂਪ ਜਾਣ ਕੇ ਉਹਨਾਂ ਨੇ ਪੋਥੀਆਂ ਸੁਸ਼ੋਭਿਤ ਕਰ ਲਈਆਂ। ਉਹ ਸ਼ਰਧਾ, ਉਹ ਭਾਵਨਾ, ਉਹ ਪਿਆਰ ਉਹਨਾਂ ਦਾ, ਉਹ ਨਹੀਂ ਆਪਣੇ 'ਚ ਪੈਦਾ ਹੋ ਸਕਦਾ ਜਿਹੜਾ ਸਾਡੇ ਸਤਿਗੁਰਾਂ ਵਿੱਚ ਸੀ ਜਾਂ ਮਹਾਨ ਮਹਾਂਪੁਰਖਾਂ ਵਿੱਚ ਪਿਆਰ ਹੁੰਦਾ ਇੱਕ, ਆਪਾਂ ਨਹੀਂ ਕਰ ਸਕਦੇ। ਉਹਨਾਂ ਨੇ ਜੋੜਾ ਹੀ ਨਹੀਂ ਪਾਇਆ। ਹੁਣ ਇੱਥੇ ਤੱਕ ਆਪਾਂ ਨਹੀਂ ਜਾ ਸਕਦੇ। ਆਪਾਂ ਕਹਾਂਗੇ ਮੈਂ ਚੱਲ ਤੁਰ ਕੇ ਤਾਂ ਚਲਾ ਜਾਊਂਗਾ ਅੰਮ੍ਰਿਤਸਰ ਤੱਕ ਖਡੂਰ ਸਾਹਿਬ ਹੁੰਦੇ ਹੋਏ, ਆਹ ਜੋੜਾ ਤਾਂ ਮੈਂ ਪਾਉਂਗਾ, ਮੇਰੇ ਪੈਰ ਖਰਾਬ ਹੋ ਜਾਣੇ, ਮੇਰੇ ਖੰਡਾ ਲੱਗ ਜਾਊਗਾ, ਮੇਰੇ ਇਸ ਤਰ੍ਹਾਂ ਹੋ ਜਾਊਗਾ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੰਨੇ ਕੋਮਲ ਚਰਨ ਸਨ ਜਿਹਨਾਂ ਦੇ, ਉਹਨਾਂ ਜੋੜਾ ਹੀ ਨਹੀਂ ਪਾਇਆ। ਚੌਰ ਸਾਹਿਬ ਉਦੋਂ ਹੀ ਪੋਥੀਆਂ ਨੂੰ ਕੀਤਾ। ਇਸ ਕਰਕੇ ਪਾਲਕੀ ਸਾਹਿਬ ਲੈ ਕੇ ਗਏ, ਸੁਸ਼ੋਭਿਤ ਕੀਤੇ ਲਿਜਾ ਕੇ। ਜਦੋਂ ਖਡੂਰ ਸਾਹਿਬ ਪਹਿਲਾਂ ਪੜਾਅ ਹੋਇਆ, ਉਹਨਾਂ ਨੇ ਵੀ ਲੱਤ ਮਾਰੀ ਸੀ ਤੀਜੇ ਪਾਤਸ਼ਾਹ ਨੂੰ ਦਾਤੂ ਨੇ, ਉਹਦੀ ਲੱਤ ਵਿੱਚ ਵੀ ਦਰਦ ਹੁੰਦਾ ਸੀ। ਉਹਨੂੰ ਵੀ ਵਚਨ ਹੋਇਆ ਸੀ ਵੀ ਜਦੋਂ ਪੰਜਵੇਂ ਪਾਤਸ਼ਾਹ ਆਉਣਗੇ ਤਾਂ ਉਦੋਂ ਤੂੰ ਚਰਨ ਫੜ ਲਈ ਉਹਨਾਂ ਦੇ, ਫੇਰ ਇਹ ਤੇਰਾ ਠੀਕ ਹੋਣਾ। ਇਹ ਦੋ ਜਣਿਆਂ ਨੇ ਹੰਕਾਰ ਕੀਤਾ। ਬਾਬਾ ਮੋਹਨ ਜੀ ਨੇ, ਤੀਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਸੀ ਬਾਬਾ ਮੋਹਨ ਜੀ, ਇੱਕ ਦੂਜੇ ਪਾਤਸ਼ਾਹ ਸਾਹਿਬਜ਼ਾਦੇ ਸੀ ਦਾਤੂ ਜੀ। ਇਸ ਤਰ੍ਹਾਂ ਪੋਥੀਆਂ ਸੁਸ਼ੋਭਿਤ ਸਾਰੀ ਰਾਤ ਸਿੱਖ ਚੌਰ ਕਰਦੇ ਰਹੇ। ਹੁਣ ਇਹ ਵੀ ਕਮੀ ਇੱਕ ਸਰੂਪ ਹੋ ਗਏ, ਜ਼ਿਆਦੇ ਸ਼ਰਧਾ ਘੱਟ ਗਈ ਆਪਣੀ। ਵੈਸੇ ਤਾਂ ਮਹਾਰਾਜ ਨੇ ਇੱਕੋ ਹੀ ਸਰੂਪ ਰੱਖਣਾ, ਪਰ ਪਤਾ ਨਹੀਂ ਕੀ ਭਾਣਾ ਹੋਇਆ, ਭਾਈ ਬੰਦੋ ਨੇ ਆਪਣੀ ਸ਼ਰਾਰਤ ਖੇਡਤੀ, ਉਹ ਸਰੂਪ ਹੋਰ ਰਚਤਾ ਬਰਾਬਰ, ਖਾਰੀ ਬੀੜ ਬਣ ਗਈ। ਮਹਾਰਾਜ ਦੇ ਸੁਤੇ ਸਿੱਧ ਬਚਨ ਕਰਤਾ, ਕਹਿੰਦੇ ਚੰਗਾ ਹੁਣ ਘਰ ਘਰ ਹੋਣਗੇ। ਜਦੋਂ ਫਿਰ ਦਸਵੇਂ ਪਾਤਸ਼ਾਹ ਨੇ ਭੇਜੇ 25 ਸਿੰਘ ਧੀਰ ਮੱਲ ਉਹਨਾਂ ਕੋਲ, ਉਹ ਕਹਿੰਦਾ ਜੇ ਇੰਨੇ ਹੀ ਗੁਰੂ ਆ, ਆਪਣੇ ਆਪ ਨੂੰ ਗੁਰੂ ਕਹਾਉਂਦੇ ਆ, ਆਪੇ ਰਚ ਲੈਣ, ਮੈਂ ਨਹੀਂ ਦਿੰਦਾ। ਮਹਾਰਾਜ ਕਹਿੰਦੇ ਠੀਕ ਆ। ਅੰਤਰਜਾਮਤਾ ਨਾਲ ਗੁਰਾਂ ਨੇ ਸਾਰਾ ਸਰੂਪ ਲਿਖਵਾ ਤਾ, ਪਰ ਉਹਨਾਂ ਨੇ ਵੀ ਵਚਨ ਕਰਤਾ, ਕਹਿੰਦੇ ਚੰਗਾ ਜਿਹੜੇ ਸਰੂਪ ਦਾ ਮਾਣ ਕਰਦਾ ਘਰ ਘਰ ਹੋਣਗੇ। ਘਰ ਘਰ ਤਾਂ ਸਰੂਪ ਹੈਗੇ ਆ, ਪਰ ਚਲੋ ਜਿਵੇਂ ਵੀ ਹੋਇਆ, ਪਰ ਜੇ ਤੁਸੀਂ ਸੰਗਤ ਆਪ ਹੀ ਵਿਚਾਰ ਕੇ ਦੇਖੋ ਕਿ ਇੱਕ ਸਰੂਪ ਹੁੰਦਾ ਹਰਿਮੰਦਰ ਸਾਹਿਬ, ਨਜ਼ਾਰਾ ਆ ਜਾਣਾ। ਲਾਈਨ ਲੱਗਣੀ ਸੀ ਕੁਛ ਮੱਥਾ ਟੇਕਣ ਵਾਲਾਂ ਦੀ, ਕਿੰਨੇ ਦਿਨਾਂ ਬਾਅਦ ਹੀ ਵਾਰੀ ਆਇਆ ਕੰਨ ਚ। ਫਿਰ ਜਿਵੇਂ ਫਿਰ ਇੱਕ ਜਣੇ ਨੇ ਦਰਸ਼ਨ ਕਰਨੇ, ਉਹਨੇ ਜਦੋਂ ਆਉਣਾ ਸੀ ਪਿੰਡ ਸ਼ਹਿਰ ਚ, ਇਟਲੀ ਤੋਂ ਕੋਈ ਜਾਂਦਾ ਦਰਸ਼ਨ ਕਰਦਾ ਲਾਈਨ ਚ ਲੱਗ ਕੇ, ਲੋਕ ਉਹਦੇ ਦਰਸ਼ਨ ਕਰਨ ਆਉਂਦੇ ਵੀ ਉਹ ਬੰਦਾ ਹਰਿਮੰਦਰ ਸਾਹਿਬ ਜਾ ਕੇ ਲੋਕ ਉਹਦੇ ਪੈਰ ਪੂਜਦੇ ਕਿ ਉਹ ਬੰਦਾ ਦਰਸ਼ਨ ਕਰਕੇ ਆਇਆ। ਹੁਣ ਉਹ ਗੱਲ ਨਹੀਂ ਹੈ, ਕਦਰ ਨਹੀਂ ਹੈ, ਬਸ ਬੇਦਵੀਆਂ ਹੀ ਬੇਦਵੀਆਂ ਹੋਈ ਜਾਂਦੀਆਂ, ਤੇ ਨਾ ਹੀ ਆਪਣੇ 'ਚ ਕੋਈ ਸੋਚਦਾ ਹੀ ਇਹ ਬੇਦਵੀਆਂ ਰੋਕੀਆਂ ਜਾਣ, ਸਰੂਪ ਨਾ ਛਾਪੇ ਜਾਣ, ਨਾ ਦਿੱਤੇ ਜਾਣ। ਹੁਣ ਖੈਰ ਅੱਗੇ ਨਾਲੋਂ ਕਾਫੀ ਸਖਤੀ ਹੋ ਗਈ ਸ਼੍ਰੋਮਣੀ ਕਮੇਟੀ 'ਚ, ਉਹ ਆਪਣੀਆਂ ਹੀ ਗੱਡੀਆਂ ਉਹਨਾਂ ਨੇ ਸਾਰੀਆਂ ਤਿਆਰ ਕੀਤੀਆਂ। ਉਹ ਕਿਸੇ ਪ੍ਰਾਈਵੇਟ ਗੱਡੀ 'ਚ ਸਰੂਪ ਨਹੀਂ ਲਿਜਾਣ ਦਿੰਦੇ, ਕਹਿੰਦੇ ਸਾਡੀ ਗੱਡੀ ਛੱਡ ਕੇ ਆਓ। ਚਲੋ ਕੋਸ਼ਿਸ਼ ਤਾਂ ਕਰਦੇ ਜੇ ਸਾਰੇ ਜਣੇ। ਇਸ ਕਰਕੇ ਹੈ ਕਿ ਜੇ ਇਹ ਵੀ ਦੱਸ ਹੁੰਦਾ ਤਾਂ ਪੰਜਾਂ ਤਖਤਾਂ 'ਤੇ ਪੰਜ ਸਰੂਪ ਹੁੰਦੇ। ਚਲੋ ਉਦੋਂ ਵੀ ਗਾਹਾਂ ਜਾਣਾ, ਜਿੰਨੇ ਇਤਿਹਾਸਿਕ ਗੁਰਦੁਆਰੇ ਸੀ ਇਹਨਾਂ 'ਚ ਸਰੂਪ ਪ੍ਰਕਾਸ਼ ਹੁੰਦਾ। ਚਲੋ ਹੋਰ ਗੁਰਦੁਆਰੇ ਬਣਾਉਣ ਦੀ ਲੋੜ ਨਹੀਂ ਸੀ ਬਾਹਰ, ਤਾਂ ਚਲੋ ਇੱਥੇ ਹੁਣ ਇਤਿਹਾਸਿਕ ਨਾ ਹੋਣ ਕਰਕੇ। ਇਸ ਤਰ੍ਹਾਂ ਇਹ ਜਿਹੜੀ ਵੱਧਦੀ ਚੀਜ਼ ਆ, ਵੱਧਦੀ ਗਈ, ਵੱਧਦੀ ਗਈ, ਵੱਧਦੀ ਗਈ, ਉਹ ਜਿਹੜੀ ਕਦਰ ਸੀ ਉਹ ਸਾਡੇ ਮਨਾਂ 'ਚੋਂ ਘੱਟ ਗਈ।
ਸੋ ਇਸ ਕਰਕੇ ਸਾਰੀ ਸੰਗਤ ਇਸ ਗੱਲ ਵੱਲ ਧਿਆਨ ਦਿਓ। ਗੁਰੂ ਅਰਜਨ ਦੇਵ ਮਹਾਰਾਜ ਨੇ ਸਰੂਪ ਲਿਖਵਾਇਆ ਭਾਈ ਗੁਰਦਾਸ ਜੀ ਨੂੰ ਲਾ ਕੇ ਲਿਖਾਰੀ, ਕਿੰਨੇ ਪਿਆਰ ਨਾਲ ਪਹਿਲਾਂ ਸਰੋਵਰ ਦੀ ਰਚਨਾ ਹੋਈ, ਫਿਰ ਹਰਿਮੰਦਰ ਸਾਹਿਬ ਦੀ ਰਚਨਾ ਹੋਈ, ਉਪਰੰਤ ਸਤਿਗੁਰੂ ਉੱਥੇ ਉਪਦੇਸ਼ ਤਾਂ ਕਰਦੇ ਰਹੇ, ਪਰ ਜਦੋਂ ਸਰੂਪ ਦੀ ਰਚਨਾ ਹੋਈ ਤਾਂ ਸਰੂਪ ਭਾਦਰਸ ਦੀ ਇੱਕ 1661 ਬਿਕਰਮੀ ਨੂੰ ਸਰੂਪ ਲਿਆ ਕੇ ਪ੍ਰਕਾਸ਼ ਹਰਿਮੰਦਰ ਸਾਹਿਬ ਕੀਤਾ। ਗੱਲ ਗੁਰਤਾ ਗੱਦੀ ਦੀ ਕਰੀਏ, ਹਰਿਮੰਦਰ ਸਾਹਿਬ ਦੇ ਵਿੱਚ ਤਾਂ ਸਰੂਪ ਪੰਜਵੇਂ ਪਾਤਸ਼ਾਹ ਨੇ ਸੁਸ਼ੋਭਿਤ ਕਰਕੇ ਆਪ ਸੰਗਤ ਵਿੱਚ ਬੈਠ ਗਏ, ਸਰੂਪ ਤਾਂ ਉਦੋਂ ਹੀ ਮਹਾਰਾਜ ਦਾ ਪ੍ਰਗਟ ਹੋ ਗਿਆ। ਮਹਾਰਾਜ ਨੇ ਵਚਨ ਕੀਤਾ ਬਾਬਾ ਬੁੱਢਾ ਜੀ ਨੂੰ ਹੁਕਮਨਾਮਾ ਲੈਣ ਲਈ, ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਹੁਣ ਜਿਹੜਾ ਹਜ਼ੂਰ ਸਾਹਿਬ ਗੁਰਤਾ ਗੱਦੀ ਸੌਂਪੀ, ਪਹਿਲੇ ਪ੍ਰਕਾਸ਼ ਵੇਲੇ ਵੀ ਇਹ ਸੂਹੀ ਮਹੱਲਾ ਪੰਜਵਾਂ, ਜਦੋਂ ਗੁਰਤਾ ਗੱਦੀ ਵੇਲੇ ਪਹਿਲਾ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਦੇ ਉੱਪਰਲੇ ਪਾਸੇ ਹੁਕਮਨਾਮਾ ਅਬਚਲ ਨਗਰ ਗੋਬਿੰਦ ਗੁਰੂ ਕਾ, ਉਹ ਹੁਕਮਨਾਮਾ ਉਦੋਂ ਦਸਵੇਂ ਪਾਤਸ਼ਾਹ ਵੇਲੇ ਗੁਰਤਾ ਗੱਦੀ ਵੇਲੇ ਆਇਆ, ਨਾਮ ਜਪ ਸੁਖ ਪਾਇਆ ਰਾਮ। ਇਸ ਤਰ੍ਹਾਂ ਇਹ ਜਿਹੜਾ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਰਕੇ ਸੁਸ਼ੋਭਿਤ ਕੀਤਾ ਸਰੂਪ, ਛੇਵਿਆਂ ਨੇ ਬਹੁਤ ਮਾਣ ਆਦਰ ਸਤਿਕਾਰ, ਛੇਵਿਆਂ ਨੇ ਇਹ ਗੱਲ ਬਾਬਾ ਗੁਰਦਿੱਤਾ ਜੀ ਨੂੰ ਕਹੀ ਸੀ, ਬੇਟਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਿਰੰਕਾਰ ਦਾ ਸਰੂਪ ਸਮਝਣਾ, ਨਿਰੰਕਾਰ ਜਾਣ ਕੇ ਮੱਥਾ ਟੇਕਣਾ, ਤੁਸੀਂ ਰੋਜ਼ ਧੂਫ ਕਰਨੀ, ਜੋਤ ਬਾਲਣੀ ਅਤੇ ਪੰਜ ਪੱਤਰੇ ਘੱਟੋ ਘੱਟ ਰੋਜ਼ ਪੜ੍ਹਨੇ, ਸਤਿਕਾਰ ਕਰਨਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸੱਤਵਿਆਂ ਨੇ ਕਿੰਨਾ ਬਾਣੀ ਦਾ ਆਦਰ ਸਿਖਾਇਆ, ਪਲੰਘ ਤੇ ਲੇਟੇ ਹੋਏ ਸੰਗਤ ਨੂੰ ਸੋਚ ਕਰਨੀ ਚਾਹੀਦੀ, ਪੁੱਛਣਾ ਚਾਹੀਦਾ ਮਹਾਰਾਜ ਆਰਾਮ ਤਾਂ ਨਹੀਂ ਕਰਦੇ। ਸੰਗਤ ਸ਼ਬਦ ਪੜ੍ਹਦੀ ਪੜ੍ਹਦੀ ਹੁਣ ਪ੍ਰੇਮ ਹੀ ਬੜਾ ਸੀ, ਤੁਰੀ ਆ ਰਹੀ, ਮਹਾਰਾਜ ਕਾਨੇ ਸ਼ਬਦ ਪਏ, ਸਤਿਗੁਰੂ ਬੜੀ ਕਾਹਲੀ ਨਾਲ ਉੱਠੇ ਤੇ ਗੋਡੇ ਤੇ ਫੱਟੀ ਵੱਜ ਗਈ, ਪੜੰਗ ਦੀ ਸੱਟ ਵੱਜ ਗਈ, ਖੜੇ ਹੋ ਗਏ ਉੱਠ ਕੇ, ਇੰਨਾ ਪਿਆਰ ਹੁਣ ਕਿੱਥੋਂ ਲਿਆਈਏ ਆਪਾਂ। ਕਹਿੰਦੇ ਮਹਾਰਾਜ ਸੇਵਾਦਾਰ, ਕਹਿੰਦੇ ਤੁਸੀਂ ਇੰਨੀ ਕਾਹਲੀ ਚ ਉੱਠੇ, ਸੱਟ ਵੱਜ ਗਈ। ਮਹਾਰਾਜ ਕਹਿੰਦੇ ਗੁਰੂ ਨਾਨਕ ਦੀ ਬਾਣੀ ਹੈ, ਸੰਗਤ ਪੜ੍ਹਦੀ ਆ ਰਹੀ ਆ, ਅਸੀਂ ਲੇਟੇ ਹੋਏ ਆ, ਚੰਗਾ ਨਾ ਲੱਗਦਾ ਜੇ ਅਸੀਂ ਨਹੀਂ ਸਤਿਕਾਰ ਕਰਾਂਗੇ ਬਾਣੀ ਦਾ, ਫਿਰ ਸੰਗਤ ਕਿਵੇਂ ਕਰੂਗੀ। ਅੱਠਵੇਂ ਪਾਤਸ਼ਾਹ ਮਹਾਰਾਜ ਨੇ ਬਹੁਤ ਮਾਣ ਆਦਰ ਸਤਿਕਾਰ ਕੀਤਾ, ਤਾਬਿਆ ਬੈਠ ਕੇ ਅੱਠਵੇਂ ਪਾਤਸ਼ਾਹ ਪਾਠ ਕਰਿਆ ਕਰਦੇ ਸੀ। ਨੌਵੇਂ ਪਾਤਸ਼ਾਹ ਮਹਾਰਾਜ ਨੇ ਬਹੁਤ ਸਤਿਕਾਰ ਕੀਤਾ, ਕਈ ਕੌਤਕ ਵੀ ਹੋਏ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਰੂਪ ਲੈ ਕੇ ਚੱਲੇ, ਪਹਿਲਾਂ ਤਾਂ ਲੈ ਗਿਆ ਲੁੱਟ ਕੇ ਧੀਰ ਮੱਲ, ਫਿਰ ਮੱਖਣ ਸ਼ਾਹ ਹੁਣੀ ਮੋੜ ਕੇ ਲਿਆਏ, ਫਿਰ ਮਹਾਰਾਜ ਕਹਿੰਦੇ ਸਾਰਾ ਸਮਾਨ ਮੋੜ ਦਿਓ, ਕਹਿੰਦੇ ਸਰੂਪ ਵੀ ਆਪਾਂ ਉਹਨਾਂ ਨੂੰ ਮੋੜ ਦੇਣਾ, ਆਪਾਂ ਨਹੀਂ ਰੱਖਣਾ। ਕਹਿੰਦੇ ਮਹਾਰਾਜ ਹੁਣ ਉਹਨਾਂ ਦਾ ਬੰਦਾ ਕੋਈ, ਕਹਿੰਦੇ ਇੱਥੋਂ, ਕਹਿੰਦੇ ਮਹਾਰਾਜ ਕਹਿੰਦੇ ਬਿਆਸ ਦਰਿਆ ਦੇ ਵਿੱਚ ਆਪਾਂ ਅਮਾਨਤ ਰੱਖ ਜਾਂਦੇ ਹਾਂ। ਦੇਖੋ ਬਿਆਸ ਦਰਿਆ ਦੇ ਵਿੱਚ ਪੀੜਾ ਸਾਫ ਦੇ ਉੱਤੇ ਕਮਰ ਕਸਾ ਕਰਕੇ ਰੁਮਾਲੇ ਪੰਜ ਲਪੇਟ ਕੇ ਧੀਰਮਲ ਨੂੰ ਸੁਨੇਹਾ ਭੇਜਤਾ ਵੀ ਗੁਰੂ ਗ੍ਰੰਥ ਸਾਹਿਬ ਇੱਥੇ ਸੁਸ਼ੋਭਿਤ ਲੈ ਜਾਓ। ਇਹ ਉਹਨਾਂ ਨੇ ਇੱਕ ਕੌਤਕ ਦਿਖਾਉਣਾ ਸੀ, ਹੋਰ ਗੱਲ ਕੁਛ ਨਹੀਂ ਸੀ, ਇਹ ਨਹੀਂ ਕਿ ਸਤਿਕਾਰ ਨਹੀਂ ਸੀ। ਸਰੂਪ ਲੱਭਦੇ 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 ਕਈ ਦਿਨਾਂ ਬਾਅਦ ਉਹ ਸਰੂਪ ਜਦੋਂ ਲੱਭਿਆ ਤਾਂ ਹਾਸ਼ੀਏ ਤੱਕ ਪਾਣੀ ਗਿਆ ਸੀ ਬਸ, ਅਤੇ ਸਾਰਾ ਸਰੂਪ ਸੁੱਕਾ ਸੀ ਅੰਦਰੋਂ। ਇਸ ਤਰ੍ਹਾਂ ਉਹ ਸਰੂਪ ਅੱਜ ਵੀ ਉਹਨਾਂ ਦੇ ਘਰ ਵਿੱਚ ਹਾਂ ਵਿਸਾਖੀ ਨੂੰ ਦਰਸ਼ਨ ਕਰਾਏ ਜਾਂਦੇ ਜਾਂ ਸੰਗਰਾਮ ਨੂੰ। ਇਸ ਤਰ੍ਹਾਂ ਉਹ ਜਿਹੜਾ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ, ਉਹ ਸਰੂਪ ਸੁਸ਼ੋਭਿਤ ਹੈ। ਕਹਿਣ ਤੋਂ ਭਾਵ ਕਿ ਗੁਰਬਾਣੀ ਦਾ ਸਤਿਕਾਰ ਗੁਰੂ ਨਾਨਕ ਸਾਹਿਬ ਨੇ ਇੰਨਾ ਕੀਤਾ,
ਹੁਣ ਜਦ ਤੱਕ ਆਪਣੇ ਮਨਾਂ ਵਿੱਚ ਉਸ ਤਰ੍ਹਾਂ ਦਾ ਸਤਿਕਾਰ ਭਾਵਨਾ ਨਹੀਂ ਪੈਦਾ ਹੁੰਦੀ, ਸ਼ਬਦ ਦਾ ਸਤਿਕਾਰ ਨਹੀਂ ਹੁੰਦਾ, ਕਿਉਂਕਿ ਸ਼ਬਦ ਸੱਤਾ ਹੈ। ਸੱਤਾ ਵਾਲੀ ਚੀਜ਼ ਜਿਹੜੀ ਉਹਦਾ ਸਤਿਕਾਰ ਹੋਣਾ ਜ਼ਰੂਰੀ ਹੈ। ਹੁਣ ਆਪਾਂ ਇੱਥੇ ਕੋਈ ਪੇਪਰ ਚਿਪਕਾਉਣਾ ਕੰਧ 'ਤੇ, ਬਾਹਰਲੇ ਪਾਸੇ ਕੋਈ ਇਸ਼ਤਿਹਾਰ ਲਾਉਣਾ, ਉਹਦੇ ਉੱਤੇ ਕਿੰਨੀ ਬਾਣੀ ਲਿਖੀ ਹੁੰਦੀ ਹੈ। ਬਾਣੀ ਬਹੁਤ ਸਤਿਕਾਰਯੋਗ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਤਰ੍ਹਾਂ ਹੀ ਇਸ਼ਤਿਹਾਰ ਪੈਰਾਂ 'ਚ ਰੁਲਦੇ, ਅਖਬਾਰਾਂ 'ਚ ਬਾਣੀ ਰੁਲਦੀ ਆ। ਇਹ ਸਮਾਂ ਪਾ ਕੇ ਹੀ ਸਮਝ ਲੱਗਣੀ ਇਸ ਚੀਜ਼ ਦੀ, ਮਨਾਂ ਦੇ ਅੰਦਰ ਭਾਵਨਾ ਨਹੀਂ ਹੈ, ਸਤਿਕਾਰ ਨਹੀਂ ਹੈ। ਇਹ ਚੀਜ਼ ਸੰਗਤ ਧਿਆਨ ਦਿਓ। ਗੁਰਬਾਣੀ ਦਾ ਅਦਬ ਜਿਹੜਾ ਹੈ ਉਹ 50% ਨੰਬਰ ਤਾਂ ਇਹੀ ਮਿਲ ਜਾਂਦੇ। ਅਦਬ ਕਰਨ ਦਾ ਹੀ ਬਹੁਤ ਫਾਇਦਾ। ਬਸ ਇੱਕ ਚੀਜ਼ ਯਾਦ ਰੱਖੋ ਕਿ ਗੁਰਬਾਣੀ ਦਾ ਮੈਂ ਅਦਬ ਕਰਨਾ, ਸਤਿਕਾਰ ਕਰਨਾ, ਭੈ ਰੱਖਣਾ ਮਨ ਦੇ ਅੰਦਰ। ਇਹ ਚੀਜ਼ ਨੂੰ ਆਪਾਂ ਮਨ ਦੇ ਅੰਦਰ ਵਸਾ ਕੇ ਰੱਖੀਏ, ਜਿਸ ਦੇ ਨਾਲ ਆਪਣੇ ਅੰਦਰ ਸਤਿਕਾਰ ਭਾਵਨਾ ਬਣੇ। ਬਾਕੀ ਰਹੀ ਗੱਲ, ਜਿਹੜਾ ਬਹੁਤ ਸਾਰੀਆਂ ਗੱਲਾਂ ਨਹੀਂ ਹਲੇ ਠੀਕ ਹੋ ਰਹੀਆਂ, ਇਕੱਲਾ ਇਕੱਲਾ ਸਿੱਖ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਮਹਾਰਾਜ ਆਪ ਜੀ ਦਾ ਸਤਿਕਾਰ ਅਦਬ ਕਾਇਮ ਹੋਵੇ ਦੁਨੀਆਂ 'ਚ। ਸਾਰੇ ਜਣੇ ਜਦੋਂ ਬੇਨਤੀ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ, ਜਾਂ ਉਹ ਸਤਿਗੁਰਾਂ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਇਹ ਸ਼ਬਦ ਬ੍ਰਹਮ, ਸ਼ਬਦ ਸੰਸਾਰ, ਸ਼ਬਦ ਆਤਮਾ, ਸ਼ਬਦ ਉਪਦੇਸ਼ ਨੂੰ ਕਹਿੰਦੇ ਨੇ। ਕਿਉਂਕਿ ਇਹ ਸਾਰਿਆਂ ਦੀਆਂ ਪੰਗਤੀਆਂ ਵੀ ਨੇ ਅਲੱਗ ਅਲੱਗ, ਜਿਸ ਕਰਕੇ ਆਪਾਂ ਜੇ ਕਹੀਏ ਇਹ ਬਾਣੀ ਵਿੱਚੋਂ ਹੀ ਅਰਥ ਸਾਰੇ ਹੋਏ ਵੇ ਨੇ ਕਿ ਸ਼ਬਦ ਨਾਮ ਸੰਸਾਰ ਦਾ। ਜਿਵੇਂ ਆਤਮਕ ਸ਼ਬਦ ਬਾਰੇ ਬਚਨ ਕੀਤਾ ਹੈ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਉਹ ਆਤਮਕ ਸ਼ਬਦ ਸਵਾਰਿਆ। ਸ਼ਬਦ ਇੱਕ ਤਾਕਤ ਜਿਹੜੀ ਬਖਸ਼ਿਸ਼ ਕੀਤੀ ਹੈ, ਤਾਂਹੀ ਆਪਾਂ ਸ਼ੁਰੂ 'ਚ ਸ਼ਬਦ ਪੜ੍ਹਿਆ ਹੈ। ਗੁਰਕਾ ਸੋਠ ਮਹੱਲਾ ਪੰਜਵਾਂ, ਗੁਰਕਾ ਸ਼ਬਦ ਰਖਵਾਲੇ, ਰਖਵਾਲੇ ਹੋਈ ਰਾਜੇ ਰਾਮ ਕੀ ਰਖਵਾਲੀ। ਗੁਰੂ ਦਾ ਸ਼ਬਦ ਰਖਵਾਰੀ ਕਰਦਾ, ਆਪਣੀ ਰਖਵਾਲੀ ਕਰਦਾ। ਮਹਾਰਾਜ ਨੇ ਵਚਨ ਕੀਤਾ, ਚੌਕੀ ਚੌਗਿਰਦ ਹਮਾਰੇ, ਲਾਲ ਮਹੱਲਾ ਪੰਜਵਾਂ ਵਿੱਚ ਵੀ ਇਹ ਵਚਨ ਆ, ਤਾਤੀ ਬਾਵਾਂ ਲੱਗੇ ਪਾਰ ਬ੍ਰਹਮ ਸੁਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਿਆ ਨਾ ਪਾਈ। ਇਹ ਜਿਹੜਾ ਰਾਮਕਾਰ ਹੈ ਅਤੇ ਗੁਰਕਾ ਸ਼ਬਦ ਰਖਵਾਰੇ ਇੱਕੋ ਹੀ ਚੀਜ਼ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਸਾਡੀ ਰੱਖਿਆ ਕਰਦਾ, ਸੁਰੱਖਿਆ ਕਰਦਾ, ਇਹਦੇ 'ਚ ਤਾਕਤ ਹੈ। ਤਾਂਹੀਓ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਸੋਹਲਾ ਸਾਹਿਬ ਪੜ੍ਹ ਕੇ ਸੁਆਇਆ ਕਰੋ ਰਾਤ ਨੂੰ। ਅਤੇ ਜਿਹੜੇ ਪਹਿਲੇ ਸ਼ਬਦ ਨੇ ਲਗਭਗ ਹੌਲੀ ਹੌਲੀ ਬਹੁਤਿਆਂ ਥਾਵਾਂ 'ਤੇ ਪੜ੍ਹਨ ਨੂੰ ਹਟ ਗਏ, ਸਾਰੇ ਸਿੱਧਾ ਹੀ ਸੋਹਲਾ ਸ਼ੁਰੂ ਕਰ ਦਿੰਦੇ ਹਨ। ਇਹ ਮਹਾਰਾਜ ਜੀ ਦਾ ਹੁਕਮ ਹੈ, ਗੁਰਕਾ ਸ਼ਬਦ ਰਖਵਾਰੇ, ਤਾਤੀ ਵਾਲਾ ਸ਼ਬਦ, ਜੈ ਸਾਧੂ ਗੋਬਿੰਦ ਭਜਨ, ਇਹ ਸ਼ਬਦ ਮਨ ਮੈਂ ਚਿਤਵਾਂ ਚਿਤਵਨੀ, ਚਾਰ ਸ਼ਬਦ ਹੋ ਗਏ। ਪੰਜ ਸ਼ਬਦ ਸੋਹਲਾ ਸਾਹਿਬ ਦੇ ਨੇ, ਦਸਵੀਂ ਅਰਦਾਸ। ਇਸ ਤਰ੍ਹਾਂ ਇਹ ਸ਼ਬਦ ਪੜ੍ਹਨੇ ਜ਼ਰੂਰੀ ਰਾਤ ਨੂੰ। ਹੁਣ ਬਹੁਤ ਸਾਰੀ ਸੰਗਤ ਆ ਜਾਂਦੀ, ਵਿੱਚੋਂ ਕਈ ਜਾਣੇ ਕਹਿਣਗੇ ਰਾਤ ਨੂੰ ਡਰ ਲੱਗਦਾ, ਤੜਪਦਾ ਮੈਂ, ਕੋਈ ਬੱਚਾ ਤੜਪਦਾ। ਇਹ ਸਭ ਸੋਹਲਾ ਸਾਹਿਬ ਦੇ ਕਿਰਪਾ ਕੀਤੀ ਹੋਈ ਹੈ। ਮਹਾਰਾਜ ਨੇ ਅੱਗੇ ਵੀ ਇਹ ਚੀਜ਼ ਦੱਸੀ ਸਾਰਿਆਂ ਨੂੰ, ਜਾਂ ਪਿਛਲੀ ਵਾਰੀ ਸੁਖਮਨੀ ਸਾਹਿਬ ਦੀ ਕਥਾ ਇੰਗਲੈਂਡ ਹੋਈ ਸੀ, ਉਦੋਂ ਸਾਰੇ ਥਾਈਂ ਇਹ ਚੀਜ਼ ਪਹੁੰਚੀ ਸੀ ਸੰਗਤ ਵਿੱਚ। ਕਲਯੁਗ ਦਾ ਜਿਹੜਾ ਸਮਾਂ ਹੈ, ਇਹਦੇ ਵਿੱਚ ਕੁਛ ਸ਼ਬਦ ਤਾਂ ਜ਼ਰੂਰ ਅਭਿਆਸ ਕਰਦੇ ਰਹਿਣਾ ਚਾਹੀਦਾ ਤੁਹਾਨੂੰ। ਜਿਹੜਾ ਬਹੁਤ ਸਾਰੇ ਸ਼ਬਦ ਨੇ ਜਿਹੜੇ ਸਾਰੇ ਕਾਰਜਾਂ ਦੇ ਵਿੱਚ ਹੀ ਆਪਾਂ ਨੂੰ ਮਦਦਗਾਰ ਨੇ, ਕਿਉਂਕਿ ਜਿਹੜੀ ਤੱਤੀ ਹਵਾ ਉਹ ਤਾਂ ਸਦਾ ਹੀ ਲੱਗਦੀ ਰਹਿੰਦੀ ਆਪਾਂ ਨੂੰ, ਕਿਸੇ ਨਾ ਕਿਸੇ ਪਾਸੋਂ ਤੱਤੀ ਹਵਾ ਆ ਹੀ ਜਾਂਦੀ ਹੈ, ਆ ਹੀ ਜਾਂਦੀ ਆ ਹੀ ਜਾਂਦੀ ਆ। ਫਿਰ ਬੰਦਾ ਪਛਤਾਉਂਦਾ। ਇਹ ਸ਼ਬਦ ਤਾਂ
ਹਰ ਇੱਕ ਨੂੰ ਕੰਠ ਕਰਨਾ ਚਾਹੀਦਾ।